ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਅੱਜ ਫਗਵਾੜਾ ਦੇ ਵਿੱਚ ਇੱਕ ਵਿਸ਼ਾਲ ਟਰੈਕਟਰ ਰੈਲੀ ਕੱਢੀ, ਜਿਸ ਵਿੱਚ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਸ ਨੇ ਹਿੱਸਾ ਲਿਆ ਔਰ ਉਹਨਾਂ ਦੇ ਚੁਣਾਵ ਪ੍ਰਚਾਰ ਦੇ ਮੁਹਿੰਮ ਨੂੰ ਬਲ ਦਿੱਤੀ। ਇਹ ਟਾਠਾ ਮਾਰਦਾ ਇਕੱਠ ਜਿਹੜਾ ਤੁਸੀਂ ਦੇਖ ਰਹੇ ਹੋ, ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਅਕਾਲੀ ਦਲ ਬਾਦਲ ਦੇ ਵਰਕਰਸ ਦਾ ਇਕੱਠ ਦੇਖ ਰਹੇ ਹੋ ਤੁਸੀਂ। ਉਹਨਾਂ ਨੇ ਅੱਜ ਫਗਵਾੜਾ ਵਾਸੀਆਂ ਦਾ ਦਿਲ ਤੋਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਉਹਨਾਂ ਨੇ ਫਗਵਾੜਾ ਵਾਸੀਆਂ ਨੂੰ ਔਰ ਆਪਣੇ ਪਾਰਟੀ ਦੇ ਵਰਕਰਸ ਨੂੰ ਕਿਹਾ ਕਿ ਹੁਸ਼ਿਆਰਪੁਰ ਲੋਕ ਸਭਾ ਤੋਂ ਜਿਹੜੇ ਉਮੀਦਵਾਰ ਹਨ ਸਰਦਾਰ ਸੋਹਣ ਸਿੰਘ ਠੰਡਲ ਜੀ ਅਕਾਲੀ ਦਲ ਦੇ, ਉਹਨਾਂ ਨੂੰ ਆਪਾਂ ਜਿਤਾ ਕੇ ਲੋਕ ਸਭਾ ਭੇਜੀਏ ਔਰ ਦਿੱਲੀ ਦੀਆਂ ਪਾਰਟੀਆਂ ਨੂੰ ਸਬਕ ਸਿਖਾਈਏ, ਜਿਸ ਦਾ ਬਹੁਤ ਹੀ ਤਹਿ ਦਿਲੀ ਨਾਲ ਸਾਰੇ ਵਰਕਰਸ ਨੇ ਹੁੰਗਾਰਾ ਭਰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਜੀ ਦੀ ਜਿੱਤ ਪੱਕੀ ਹੈ ਔਰ ਆਪਣਾ ਉਹ ਜੀ ਜਾਨ ਨਾਲ ਮਿਹਨਤ ਕਰਨਗੇ ਔਰ ਉਹਨਾਂ ਨੂੰ ਜਿੱਤ ਦਿਲਾਉਣਗੇ। ਆਓ ਦੇਖੀਏ ਠਾਠਾ ਮਾਰਦਾ ਇਕੱਟ ਔਰ ਇਸ ਟਰੈਕਟਰ ਰੈਲੀ ਦੀਆਂ ਕੁਝ ਝਲਕੀਆਂ ਔਰ ਅਲੱਗ ਅਲੱਗ ਨੇਤਾਵਾਂ ਦੇ ਬਿਆਨ ਔਰ ਪਾਰਟੀ ਵਰਕਰਸ ਦਾ ਉਤਸ਼ਾਹ ਦੇਖਦੇ ਹੀ ਬਣਦਾ ਹੈ। ਆਓ ਦੇਖੀਏ। ਹਲਕਾ ਫਗਵਾੜੇ ਦੇ ਕੋਨੇ ਕੋਨੇ ਤੋਂ ਆਏ ਪਤਵੰਤੇ ਸੱਜਣੋ, ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਤਕਰੀਬਨ 3 ਮਹੀਨੇ ਹੋ ਗਏ ਪੰਜਾਬ ਬਚਾਓ ਯਾਤਰਾ ਰਾਹੀਂ ਮੈਂ ਪੰਜਾਬ ਦੇ ਕੋਨੇ ਕੋਨੇ ਜਾ ਕੇ ਆਇਆ। 3200 ਕਿਲੋਮੀਟਰ ਮੈਂ ਕੀਤਾ। ਇੱਕ ਗੱਲ ਜਿਹੜੀ ਮੈਂ ਦੇਖੀ, ਜਿੱਥੇ ਵੀ ਗਿਆ ਮੈਨੂੰ ਕਿਸਾਨ ਮਿਲੇ, ਖੇਤ ਮਜ਼ਦੂਰ ਮਿਲੇ, ਗਰੀਬ ਮਿਲੇ, ਵਪਾਰੀ ਮਿਲੇ, ਉਹਨਾਂ ਦੇ ਮਨ 'ਚ ਇੱਕ ਗੁੱਸਾ ਸੀ ਆ ਝਾੜੂ ਵਾਲੀ ਸਰਕਾਰ ਦੇ ਖਿਲਾਫ, ਕਿਉਂਕਿ ਝਾੜੂ ਵਾਲਿਆਂ ਨੇ ਝੂਠ ਬੋਲ ਕੇ ਐਜਾ ਸੁਪਨਾ ਦਿਖਾਇਆ ਕਿ ਸਾਰੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾ ਗਏ। ਸਰਕਾਰ ਬਣਨ ਦੇ ਬਾਅਦ ਉਹ ਲੋਕ ਜਨਤਾ ਨੂੰ ਭੁੱਲ ਗਏ ਅਤੇ ਆਪਣੇ ਆਪ ਲੁੱਟਣ ਲੱਗ ਗਏ। ਆਹ ਜਿਹੜੇ 2.5 ਸਾਲ ਟੱਪੇ ਹੈ ਪੰਜਾਬ ਵਿੱਚ, ਮੈਂ ਕਹਿੰਦਾ ਇੱਕ ਕਾਲਾ ਦੌਰ ਪੰਜਾਬ ਦਾ 2.5 ਸਾਲਾਂ 'ਚ ਹੈ। ਅੱਜ ਨਸ਼ਾ ਘਰ ਘਰ ਮਿਲਣ ਲੱਗ ਗਿਆ। ਮੈਂ ਅਫਸਰਾਂ ਨੂੰ ਪੁੱਛਿਆ ਕਿ ਨਸ਼ਾ ਘਰ ਘਰ ਕਿਵੇਂ ਹੈ, ਉਹ ਕਹਿੰਦੇ ਕੀ ਕਰੀਏ ਕਿ ਜਿਹੜੇ ਝਾੜੂ ਵਾਲੇ MLA ਹੈ ਇਹਨਾਂ ਨੇ ਮਹੀਨਾ ਲੈਣਾ ਸ਼ੁਰੂ ਕਰ ਦਿੱਤਾ ਨਸ਼ਾ ਵੇਚਣ ਵਾਲਿਆਂ ਤੋਂ, ਅਤੇ ਪੁਲਿਸ ਨੂੰ ਕਿਹਾ ਕਿ ਇਹਨਾਂ ਨੂੰ ਹੱਥ ਨਹੀਂ ਲਾਉਣਾ, ਕਹਿੰਦੇ ਅਸੀਂ ਬੇਬਸ ਹੋਏ ਬੈਠੇ ਹਾਂ। ਅੱਜ ਗੈਂਗਸਟਰ ਰਾਜ ਕਰੀ ਜਾਂਦੇ ਆ। ਮੈਂ ਲੁਧਿਆਣੇ ਗਿਆ, ਜਲੰਧਰ ਗਿਆ, ਬਾਘਾ ਪੁਰਾਣਾ, ਮੋਗੇ, ਜਿੱਥੇ ਵੀ ਸ਼ਹਿਰ 'ਚ ਗਿਆ, ਮੇਰੇ ਕੋਲ ਵਪਾਰੀ ਆਏ, ਕੋਈ 20 ਲੱਖ ਦੇ ਕੇ ਗਿਆ ਫਰੌਤੀ, ਕੋਈ 30 ਲੱਖ, ਟੈਲੀਫੋਨ ਆ ਜਾਂਦੇ ਆ, ਉਹਨਾਂ ਨੂੰ ਕਹਿੰਦੇ 1,00,000 ਤੁਹਾਨੂੰ ਦੇ ਕੇ ਜਾ, ਜੇ ਨਹੀਂ ਦਿੰਦੇ ਤਾਂ ਗੋਲੀ ਮਾਰਦੇ ਆ। ਮੈਂ ਕਿਹਾ ਤੁਸੀਂ ਪੁਲਿਸ ਕੋਲ ਨਹੀਂ ਗਏ? ਕਹਿੰਦੇ ਜੇ ਪੁਲਿਸ ਵਾਲਿਆਂ ਕੋਲ ਜਾਂਦੇ ਹਾਂ ਤਾਂ SSP ਕਹਿੰਦੇ ਆ ਕਿ ਤੁਸੀਂ ਆਪਣੇ ਆਪ ਹੀ ਨਿਪਟੇ ਲਓ, ਥੋੜ੍ਹਾ ਮੋਟਾ ਲੈ ਦੇ ਕੇ ਕਰ ਲਓ, ਨਹੀਂ ਤਾਂ ਐਵੇਂ ਅਸੀਂ ਤੁਹਾਡੀ ਸੁਰੱਖਿਆ ਨਹੀਂ ਕਰ ਸਕਦੇ। ਆਹ ਕੋਈ ਰਾਜ ਹੈ? ਸੜਕਾਂ ਜਾਮ ਹੋਈਆਂ ਪਈਆਂ, ਤੁਸੀਂ ਕੋਈ ਬੀਬੀਆਂ ਬੈਠੀਆਂ ਇਕੱਲੀਆਂ ਜਾ ਨਹੀਂ ਸਕਦੀਆਂ, ਕੋਈ ਚੇਨ ਖੁੱਚ ਲੂਗਾ, ਕੋਈ ਬੈਗ ਖਿੱਚ ਲੂਗਾ, ਬੈਂਕ ਲੁੱਟੇ ਜਾ ਰਹੇ ਹੈ,
ਤੁਹਾਨੂੰ ਕੋਈ ਤਕਲੀਫ ਹੋਏ ਤੁਹਾਡੇ ਕੋਲ ਕਿਹਨੂੰ ਜਾ ਕੇ ਮਿਲੋਗੇ? ਝਾੜੂ ਵਾਲੇ ਦੇ ਐਮ ਐਲ ਏ ਮੰਤਰੀ ਨੂੰ ਮਿਲ ਸਕਦੇ, ਮੰਤਰੀ ਮੁੱਖ ਮੰਤਰੀ ਨੂੰ ਮਿਲ ਸਕਦੇ, ਕੋਈ ਸਰਕਾਰ ਦਾ ਕਨੈਕਸ਼ਨ ਹੀ ਹੈ ਨਹੀਂ। ਇੱਕ ਨਵੀਂ ਚੀਜ਼ ਨਹੀਂ ਬਣਾਈ 3 ਸਾਲ ਹੋ ਗਏ। ਬਣਾਉਣਾ ਕੀ ਸੀ? ਸਾਰਾ ਕੁਛ ਹੀ ਖਤਮ ਹੋ ਰਿਹਾ। ਜਿਹੜਾ ਬਾਦਲ ਸਾਹਿਬ ਬੀਬੀਆਂ ਬੈਠੀਆਂ, ਬਾਦਲ ਸਾਹਿਬ ਹਰ ਮਹੀਨੇ ਆਟਾ ਦਾਲ ਦਿੰਦੇ ਹੁੰਦੇ ਸੀ, ਇਹਨਾਂ ਨੇ ਬੰਦ ਕਰਤਾ। ਸ਼ਗਨ ਦਿੰਦੇ ਹੁੰਦੇ ਸੀ, ਬੰਦ ਕਰ ਦਿੱਤਾ। ਪੈਨਸ਼ਨਾਂ ਦਿੰਦੇ ਹੁੰਦੇ ਸੀ, ਅੱਧੀਆਂ ਕੱਟਤੀਆਂ। ਅਸੀਂ ਲੜਕੀਆਂ ਨੂੰ ਸਰਕਾਰੀ ਸਕੂਲ 'ਚ ਪੜ੍ਹਨ ਵਾਲੀਆਂ ਨੂੰ 11ਵੀਂ ਅਤੇ 12ਵੀਂ ਵਾਲਿਆਂ ਨੂੰ ਸਾਈਕਲ ਦਿੰਦੇ ਸੀ, ਬੰਦ ਕਰ ਦਿੱਤਾ। ਸੇਵਾ ਕੇਂਦਰ ਖੋਲ੍ਹੇ ਕਿ ਤੁਸੀਂ ਆਪਣੇ ਕੰਮ ਨਾਲ ਮੁਹੱਲੇ 'ਚ ਕਰਾ ਲਓ, ਉਹ ਵੀ ਬੰਦ ਕਰ ਦਿੱਤੇ ਇਹਨਾਂ ਨੇ। ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਹੁੰਦਾ ਸੀ, ਨੌਜਵਾਨ ਕਬੱਡੀ ਦਾ ਬੜਾ ਸ਼ੌਂਕ ਸੀ, ਬੰਦ ਕਰ ਦਿੱਤਾ। ਜੋ ਕੁਛ ਬਣਿਆ ਉਦੋਂ ਹੀ ਬਣਿਆ ਜਦੋਂ ਤੁਹਾਡੀ ਸਰਕਾਰ ਅਕਾਲੀ ਦਲ ਦੀ ਸਰਕਾਰ ਸੀ। ਤੁਸੀਂ, ਮੈਂ ਬੇਨਤੀ ਕਰਦਾ ਫਗਵਾੜੇ ਤੋਂ ਤੁਸੀਂ ਕਿਸੇ ਵੀ ਕੋਨੇ ਪੰਜਾਬ ਚਲੇ ਜਾਓ, ਜੇ ਖੱਬੇ ਸੱਜੇ ਦੇਖੋਗੇ, ਜੇ ਟਿਊਬਵੈੱਲ ਦੇਖੋਗੇ, ਉਹ ਅਕਾਲੀ ਸਰਕਾਰ 'ਚ ਮਿਲਿਆ ਹੋਣਾ ਹੈ, ਉਹਦੇ ਬਿਜਲੀ ਅਕਾਲੀ ਸਰਕਾਰ ਨੇ ਦਿੱਤੀ ਹੈ। ਜੇ ਕੋਈ ਮੰਡੀ ਦੇਖੋਗੇ ਜਿਹਦੇ ਫਸਲਾਂ ਪਈਆਂ, ਉਹ ਅਕਾਲੀ ਸਰਕਾਰ ਨੇ ਬਣਾਈਆਂ। ਜੇ ਨਹਿਰਾਂ ਉੱਤੋਂ ਹੀ ਟੱਪੋਗੇ, ਕੱਸੀਆਂ ਦੇਖੋਗੇ, ਪਤਾ ਕਰੋ ਕਦੋਂ ਬਣੀਆਂ, ਉਹ ਵੀ ਅਕਾਲੀ ਸਰਕਾਰ ਦੇ ਦੌਰਾਨ ਬਣੀਆਂ ਹੋਣੀਆਂ। ਆਹ ਜਿਹੜੀਆਂ ਸੜਕਾਂ, ਅੱਜ ਫਗਵਾੜੇ ਤੋਂ ਤੁਸੀਂ ਅੰਮ੍ਰਿਤਸਰ ਚਲੇ ਜਾਓ, ਪਠਾਨਕੋਟ ਚਲੇ ਜਾਓ, ਤੋਂ ਬਠਿੰਡੇ ਚਲੇ ਜਾਓ, ਕਿਤੇ ਮਰਜ਼ੀ ਚਲੇ ਜਾਓ, 4 ਤੇ 6 ਲੇਨ ਦੀਆਂ ਸੜਕਾਂ ਬਣਾਉਣ ਵਾਲਾ ਅਕਾਲੀ ਦਲ ਹੈ। ਯਾਦ ਕਰੋ, ਫਗਵਾੜੇ ਤੋਂ ਚੰਡੀਗੜ੍ਹ ਜਾਂਦੇ ਸੀ, ਡਰ ਲੱਗਦਾ ਸੀ, ਸਿੰਗਲ ਸੜਕ ਸੀ, ਕਿੰਨੇ ਐਕਸੀਡੈਂਟ ਹੁੰਦੇ ਸੀ। ਅੱਜ ਜਾ ਕੇ ਦੇਖੋ, ਅੱਖਾਂ ਮੀਚ ਕੇ ਜਾਂਦੇ ਹੋ, ਕਿਸੇ ਸੂਬੇ 'ਚ ਦੱਸ ਦਿਉ ਇੰਨੀਆਂ ਸੜਕਾਂ ਬਣੀਆਂ ਹੋਣ ਜਿਹੜੀ ਅਕਾਲੀ ਦਲ ਦੀ ਸਰਕਾਰ ਨੇ ਬਣਾਈ, ਬਾਦਲ ਸਾਹਿਬ ਨੇ ਬਣਾਈ। ਆਹ ਜਿਹੜੀ ਬਿਜਲੀ, ਪਹਿਲੇ ਯਾਦ ਕਰੋ 10-10 ਘੰਟੇ ਦੇ ਕੱਟ ਲੱਗਦੇ ਸੀ, ਅਸੀਂ ਆਏ ਥਰਮਲ ਪਲਾਂਟ ਬੁਲਾ ਕੇ ਬਿਜਲੀ ਪੂਰੀ ਕਰਤੀ। ਇਹਨਾਂ ਸਰਕਾਰਾਂ ਨੇ ਪਿਛਲੇ 10 ਸਾਲ ਨਵੇਂ ਥਰਮਲ ਪਲਾਂਟ ਬਣਾਉਣ ਦੀ ਬਜਾਏ ਕੁਛ ਨਹੀਂ ਕੀਤਾ, ਅਤੇ ਅੱਜ ਫਿਰ ਤੋਂ ਕੱਟ ਲੱਗਣ ਲੱਗ ਗਏ ਕਿਉਂਕਿ ਡਿਮਾਂਡ ਵੱਧ ਗਈ ਹੈ। ਆ ਤੱਕ ਤੁਸੀਂ, ਮੈਂ ਬਿਜਲੀ ਮਹਿਕਮੇ ਦੇ ਚੇਅਰਮੈਨ ਨਾਲ ਗੱਲ ਕੀਤੀ, ਮੈਂ ਪੁੱਛ ਰਿਹਾ ਸੀ ਇੰਨੇ ਕੱਟ ਲੱਗ ਰਹੇ ਹੈ, ਉਹ ਕਹਿੰਦੇ ਜੀ ਹਲੇ ਤਾਂ ਤੁਸੀਂ 2 ਤਰੀਕ ਦੇ ਬਾਅਦ ਦੇਖਿਓ। ਮੈਂ ਸਾਰਿਆਂ ਨੂੰ ਹੱਥ ਜੋੜਨ ਦੀ ਬੇਨਤੀ ਹੈ, ਜਿਹਦੇ ਕੋਲ ਜਨਰੇਟਰ ਹੈ ਹੁਣੀ ਖਰੀਦ ਲਓ, ਜਿਹਦੇ ਕੋਲ ਇਨਵਰਟਰ ਹੈ ਨਹੀਂ ਉਹ ਖਰੀਦ ਲਓ, ਮੱਛਰਦਾਨੀਆਂ ਖਰੀਦ ਲਓ, ਉਹ ਸਪਰੇ ਆਉਂਦੀ ਮੱਛਰ ਨਾ ਵੱਡੇ ਉਹ ਖਰੀਦ ਲਓ, 2 ਤਰੀਕ ਦੇ ਬਾਅਦ ਸਾਰੇ ਚਿੰਬੜ ਜਾਣਗੇ ਤੁਹਾਨੂੰ। ਐਡੀ ਨਿਕਲੈਕ ਸਰਕਾਰ, ਸਰਕਾਰ ਨਾਂ ਦੀ ਕੀ ਚੀਜ਼ ਨਹੀਂ, ਇੱਕ ਸ਼ਰਾਬੀ ਨੂੰ ਮੁੱਖ ਮੰਤਰੀ ਬਣਾਤਾ, ਕਿਤੇ ਸੋਚਿਆ ਹੀ ਨਹੀਂ ਕਿ ਕਿਹੜੀ ਪਾਰਟੀ ਚੰਗੀ ਹੈ। ਮੈਂ ਪੰਜਾਬੀਆਂ ਨੂੰ ਪੁੱਛਣਾ ਚਾਹੁੰਦਾ, ਆਪਾਂ ਤਜਰਬੇ ਬੜੇ ਕਰਦੇ ਹਾਂ, ਜਦੋਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਗੁਜਰਾਤ ਚਲੇ ਜਾਓ, ਗੁਜਰਾਤ ਉਹ 35 ਸਾਲ ਹੋ ਗਏ ਉਹ ਇਕੱਲੇ ਬੀਜੇਪੀ ਨੂੰ ਵੋਟ ਪਾਉਂਦੇ ਆ, ਮੋਦੀ ਨੂੰ ਕਿਉਂ ਪਾਉਂਦੇ ਆ? ਉਹ ਕਹਿੰਦਾ ਕਿਉਂਕਿ ਮੋਦੀ ਸਾਰਾ ਕੁਛ ਉਹਨਾਂ ਵਾਸਤੇ ਕਰਦਾ ਗੁਜਰਾਤ 'ਚ, ਅਤੇ ਆਪਣਾ ਇੱਥੇ ਸਾਰਾ ਕੁਛ ਹੀ ਅਕਾਲੀ ਦਲ ਕਰਦਾ। ਪਰ ਨਹੀਂ, ਕੋਈ ਨਵਾਂ ਬੰਦਾ ਆ ਜਾਂਦਾ, ਹਾਂ 5 ਸਾਲ ਤੂੰ ਲੈ ਲਾ, ਹੋਰ ਬੰਦਾ ਆ ਜਾਂਦਾ 5 ਸਾਲ ਤੂੰ ਲੈ ਲਾ। ਕੈਪਟਨ ਅਮਰਿੰਦਰ ਸਿੰਘ ਜਿਹੜਾ ਗੁਰੂ ਘਰ ਜਾ ਕੇ ਮੱਥਾ ਨਹੀਂ ਟੇਕਦਾ, ਉਹਨੇ ਗੁਟਕਾ ਸਾਹਿਬ ਦੀ ਸਹੁੰ ਖਾ ਲਈ ਅਤੇ ਆਪਾਂ ਮੰਨ ਲਈ ਅਤੇ ਉਹਨੂੰ 5 ਸਾਲ ਦੇ ਤੇ।
ਮੈਂ ਬੇਨਤੀ ਕਰਨਾ ਚਾਹੁੰਦਾ, ਆਹ ਜਿਹੜੀ ਲੜਾਈ ਹੈ, ਇੱਕ ਪਾਸੇ ਪੰਜਾਬ ਹੈ, ਪੰਜਾਬ ਦੀ ਇਕੱਲੀ ਖੇਤਰੀ ਪਾਰਟੀ ਅਕਾਲੀ ਦਲ ਹੈ, ਜਿਹੜੀ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ, ਪੰਜਾਬੀਆਂ ਦੀ ਖਾਲਸਾ ਪੰਥ ਦੀ ਫੌਜ ਹੈ। ਜੇ ਮੈਂ ਤੈਨੂੰ ਅੱਜ ਦੱਸਦਾ ਤੁਸੀਂ ਨੁਕਸਾਨ ਕਰਤਾ, ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ, ਇਹਦਾ ਨੁਕਸਾਨ ਕੀ ਹੋਇਆ? ਅੱਜ ਖਾਲਸਾ ਜੀ ਤੁਸੀਂ ਬੈਠੇ ਹੋ, ਕਿੱਡਾ ਵੱਡਾ ਨੁਕਸਾਨ ਤੁਸੀਂ ਕਰਾਤਾ? ਤਖ਼ਤ ਹਜ਼ੂਰ ਸਾਹਿਬ 'ਤੇ ਅੱਜ RSS ਕਬਜ਼ਾ ਕਰ ਗਈ ਹੈ, ਮੈਨੇਜਮੈਂਟ ਪੁਰਾਣੀ ਤੋੜ ਕੇ RSS ਨੇ ਆਪਣੇ ਬੰਦੇ ਬਿਠਾਤੇ ਹੈ ਮੈਨੇਜਮੈਂਟ 'ਤੇ। ਤਖ਼ਤ ਪਟਨਾ ਸਾਹਿਬ 'ਤੇ RSS ਨੇ ਸਾਰੀ ਕਮੇਟੀ ਆਪਣੇ ਕੰਟਰੋਲ 'ਚ ਕਰ ਲਈ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੀ ਕਮੇਟੀ ਉਹਨਾਂ ਨੇ ਆਪਣੇ ਕਾਬਜ਼ ਕਰ ਲਈ। ਹੁਣ ਤੁਸੀਂ ਕੱਲ੍ਹ ਇਹਨਾਂ ਦਾ ਜਿਹੜਾ ਪ੍ਰਧਾਨ ਹੈ ਦਿੱਲੀ ਵਾਲਾ, ਦਿੱਲੀ ਗੁਰਦੁਆਰਾ ਕਾਲਕਾ, ਕੀ ਦੇ ਰਿਹਾ ਸੀ? ਸਾਰੀ ਸਿੱਖ ਸੰਗਤ ਨੂੰ ਪੀ ਰਿਹਾ ਕਿ BJP ਨੂੰ ਵੋਟਾਂ ਪਾ ਕੇ ਜਿਤਾਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੀ ਪਾਰਲੀਮੈਂਟ ਜੋ ਅੰਗਰੇਜ਼ ਨਹੀਂ ਤੋੜ ਸਕੇ, ਆਜ਼ਾਦੀ ਦੇ ਬਾਅਦ ਕਿਸੇ ਦੀ ਹਿੰਮਤ ਨਹੀਂ ਉਹ ਤੋੜ ਦੀ, ਅੱਜ ਤੋੜ ਕੇ ਹਰਿਆਣਾ ਅਲੱਗ ਬਣਾਤਾ, ਅਤੇ ਉੱਥੇ ਵੀ RSS ਦੇ ਬੰਦੇ ਨੋਮੀਨੇਟ ਕਰ ਦਿੱਤੇ ਗਏ ਹੈ। ਅਤੇ ਫਿਰ ਉਦੋਂ ਜਾਗੋਗੇ ਜਦੋਂ ਤੁਹਾਡਾ ਸਾਰਾ ਕੁਛ ਹੀ ਲੈ ਗਏ, ਪੰਜਾਬ ਡਬੋਤਾ, ਉਦੋਂ ਜਾਗੋਗੇ? ਹਲੇ ਵੀ ਗੱਲਾਂ ਚਾਹੋਗੇ? ਮੈਂ ਪੁੱਛਣਾ ਚਾਹੁੰਦਾ, 1 ਜੂਨ 40 ਸਾਲ ਪਹਿਲੇ ਆਹ ਫੋਟੋ, 1 ਜੂਨ 40 ਸਾਲ ਪਹਿਲੇ ਆਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫੋਟੋ ਹੈ, 1 ਜੂਨ ਜਿਸ ਦਿਨ ਵੋਟਾਂ ਪੈਣੀਆਂ, 40 ਸਾਲ ਪਹਿਲੇ ਕਾਂਗਰਸ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ, 40 ਸਾਲ ਹੋ ਗਏ, ਕਿਤੇ ਇਨਸਾਫ਼ ਮਿਲਿਆ? 40 ਸਾਲ ਪਹਿਲੇ ਭਾਵੇਂ ਨੋਇਡਾ ਹੈ, ਭਾਵੇਂ ਕਾਨਪੁਰ ਹੈ, ਭਾਵੇਂ ਨਾਗਪੁਰ ਹੈ, ਭਾਵੇਂ ਲਖਨਊ ਹੈ, ਭਾਵੇਂ ਦਿੱਲੀ, ਜਿੱਥੇ ਤੁਹਾਡੇ ਸਿੱਖ ਭੈਣ ਭਰਾ ਦਿਖਦੇ ਸੀ, ਅੱਗ ਲਾ ਦਿੰਦੇ ਸੀ, ਕਾਂਗਰਸੀ, ਇੱਕ ਵੀ ਜੇਲ੍ਹ 'ਚ ਗਿਆ? ਪਰ ਆਪਾਂ ਆਪਣੇ ਪੰਜਾਬ 'ਚ ਕਾਂਗਰਸ ਨੂੰ ਫਿਰ ਤੋਂ ਵੋਟਾਂ ਪਾ ਦਿੰਦੇ ਹਾਂ, ਸਿੱਖ ਪਾ ਦਿੰਦੇ ਹੈ, ਅਤੇ 3 ਵਾਰ ਸਰਕਾਰ ਵੀ ਬਣਾ ਤੀ ਇਹਨਾਂ ਦੀ, ਅਤੇ ਫਿਰ ਆਪਣੇ ਖੂਨ 'ਚ ਕੀ ਹੈ? ਕੀ ਕਹੀਏ, ਕੀ ਕਹੀਏ? ਆਹ ਤਾਂ ਹਾਲਾਤ, ਆਪਣੀ ਆਪਣੀ ਫੌਜ ਨੂੰ ਤੁਸੀਂ ਕਮਜ਼ੋਰ ਰੱਖਦੇ ਹੋ, ਅਕਾਲੀ ਦਲ ਤਕੜਾ ਤਾਂ ਤੁਸੀਂ ਤਕੜੇ ਹੋ। ਜਿਹੜੀ ਵੱਡੀ ਗੱਲ ਅਕਾਲੀ ਦਲ ਦੀ, ਅਕਾਲੀ ਦਲ ਤੇ ਸਿੱਖ ਧਰਮ ਸੈਕੂਲਰ ਹੈ, ਆਪਣੇ ਗੁਰੂ ਸਾਹਿਬਾਨ ਨੇ ਕੀ ਆਪਾਂ ਨੂੰ ਸਿਖਾਇਆ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ? ਆਪਣੇ ਨੌਵੇਂ ਪਾਤਸ਼ਾਹ ਨੇ ਤਾਂ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਣੇ ਸੀਸ ਕੁਰਬਾਨ ਕਰਤਾ, ਇਹ ਤੋਂ ਵੱਡੀ ਸੈਕੂਲਰਿਜ਼ਮ ਦੀ ਕੀ ਇਗਜ਼ਾਮਪਲ ਹੈ? ਬਾਦਲ ਸਾਹਿਬ ਮੁੱਖ ਮੰਤਰੀ ਰਹੇ 5 ਵਾਰ, ਪੰਜਾਬ ਵਿੱਚ ਉਹ ਭਾਈਚਾਰਕ ਸਾਂਝ ਕਾਇਮ ਰੱਖਦੇ ਸੀ, ਹਿੰਦੂ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹੈ, ਕ੍ਰਿਸਚਨ ਵੀਰ ਕਹਿੰਦੇ ਬਾਦਲ ਸਾਹਿਬ ਸਾਡੇ ਹੈ, ਮੁਸਲਿਮ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹੈ, ਕਿਉਂਕਿ ਸਾਨੂੰ ਪਤਾ ਸਾਡਾ ਘਰ ਪੰਜਾਬ ਹੈ, ਪੰਜਾਬ ਤਾਂ ਤਰੱਕੀ ਕਰੂਗਾ ਜੇ ਇੱਥੇ ਅਮਨ ਸ਼ਾਂਤੀ ਰਹੂਗੀ, ਭਾਈਚਾਰਕ ਸਾਂਝ ਰਹੂਗੀ। ਦੇਖੋ ਜੇ ਬਾਦਲ ਸਾਹਿਬ ਨੇ ਜੇ ਦਰਬਾਰ ਸਾਹਿਬ ਦਾ ਚਾਰੋਂ ਤਰਫ ਖੂਬਸੂਰਤ ਬਣਾਇਆ, ਅਤੇ ਨਾਲ ਦੇ ਨਾਲ ਦੁਰਗਿਆਣਾ ਮੰਦਰ ਨੂੰ ਵੀ ਬਣਾਇਆ, ਭਗਵਾਨ ਵਾਲਮੀਕੀ ਜੀ ਦੇ ਪਵਿੱਤਰ ਸਥਾਨ ਰਾਮ ਤੀਰਥ ਬਣਾਇਆ, ਗੁਰੂ ਰਵਿਦਾਸ ਜੀ ਦਾ ਪਵਿੱਤਰ ਸਥਾਨ ਕੁਰਾਲਗੜ੍ਹ ਵਿੱਚ ਉੱਥੇ ਕੰਮ ਸ਼ੁਰੂ ਕੀਤਾ। ਆਹ ਹੈ ਸਰਕਾਰ, ਅੱਜ ਦਾ ਦੇਸ਼ ਦਾ ਪ੍ਰਧਾਨ ਮੰਤਰੀ। ਮੈਂ ਹੈਰਾਨ ਹਾਂ ਉਹਨਾਂ ਦੇ ਬਿਆਨ ਜਿਹੜੇ ਸੁਣ ਰਿਹਾ, ਜਦੋਂ ਘਬਰਾਹਟ ਹੋ ਜਾਏ, ਜਦੋਂ ਆ ਬੰਦਾ ਹਾਰਦਾ ਹੋਏ, ਉਦੋਂ ਇਹੋ ਜਿਹੇ ਬਿਆਨ ਹੁੰਦੇ ਹੈ, ਕਹਿਣ ਲੱਗੇ ਕਿ ਜੇ ਤੁਸੀਂ BJP ਨਾ ਜਿਤਾਈ
ਤੇ ਮੰਗਲ ਸੂਤਰ ਖੋਲਿਆ ਕਰਨਗੇ। 70 ਸਾਲ ਤਾਂ ਕਿਸੇ ਨੇ ਖੋਏ ਨਹੀਂ, ਹੁਣ ਕਿਤੋਂ ਖੋਹ ਲੈਣਗੇ। ਕਿ ਕੱਲ ਮੈਂ ਸੁਣ ਰਿਹਾ ਸੀ ਬਿਆਨ ਪ੍ਰਧਾਨ ਮੰਤਰੀ ਦਾ ਯੂਪੀ ਸੀ, ਜੇ ਬੀਜੇਪੀ ਨਾ ਚੜਾਈ ਆ ਸਮਾਜਵਾਦੀ ਪਾਰਟੀ ਵਾਲੇ ਤੁਹਾਡੇ ਘਰ ਦੇ ਟੂਟੀਆਂ ਜਿੱਥੋਂ ਪਾਣੀ ਆਉਂਦੇ ਆ ਉਹ ਪੱਟ ਕੇ ਲੈ ਜਾਣਗੇ ਟੂਟੀਆਂ। ਹੁਣ ਟੂਟੀਆਂ ਪੱਟ ਆ ਘਬਰਾਹਟ ਹੈ। ਇਸ ਕਰਕੇ ਮੈਂ ਇੱਕੋ ਹੀ ਬੇਨਤੀ ਕਰਨਾ ਹੈ, ਪੰਜਾਬ ਨੂੰ ਬਚਾ ਲਓ, ਪੰਜਾਬ ਨੂੰ ਬਚਾ ਲਓ। ਆ ਜਿਹੜੇ ਦਿੱਲੀ ਵਾਲੀਆਂ ਪਾਰਟੀਆਂ ਤੋਂ ਖਹਿੜਾ ਛੜਾਓ, ਤੁਹਾਡੀ ਇਕੱਲੀ ਖੇਤਰੀ ਪਾਰਟੀ ਇਲੈਕਸ਼ਨ ਲੜ ਰਹੀ, ਇਕੱਲੀ ਤੁਹਾਡੇ ਸਿਰ 'ਤੇ ਲੜ ਰਹੇ ਹੈ। 92 ਸੀਟਾਂ ਤੁਸੀਂ ਝਾੜੂ ਵਾਲਿਆਂ ਨੂੰ ਜਿਤਾ ਸਕਦੇ ਹੋ, ਜਿਹਦਾ ਕੋਈ ਲੱਲਾ ਖੱਕਾ ਪਤਾ ਨਹੀਂ, ਜਿਹਨੇ ਠੱਗੀ ਮਾਰ ਕੇ ਅਤੇ ਤਬਾਹ ਕਰਤਾ ਪੰਜਾਬ। ਇੱਥੇ ਤਾਂ ਤੁਹਾਡੀ ਆਪਣੀ 103 ਸਾਲ ਪੁਰਾਣੀ ਪਾਰਟੀ ਹੈ, ਤੁਹਾਡੇ ਬਜ਼ੁਰਗਾਂ ਨਾਲ ਦੇ ਸ਼ਹਾਦਤਾਂ ਦੇ ਕੇ ਬਣੀ ਪਾਰਟੀ ਹੈ। ਬਹੁਤ ਇੱਥੇ ਘਰ ਹੋਣਗੇ ਜਿਨ੍ਹਾਂ ਘਰਾਂ ਵਿੱਚ ਬਾਦਲ ਸਾਹਿਬ ਆਪ ਆਏ ਹੋਣਗੇ, ਚਾਹ ਪੀਤੀ ਹੋਣੀ ਹੈ। ਲੀਡਰ ਇੱਕ ਰਾਤ 'ਚ ਨਹੀਂ ਬਣਦਾ, ਲੀਡਰ ਉਹ ਬਣਦਾ ਜਿਹੜੇ ਅੱਗ ਵਿੱਚੋਂ ਨਿਕਲੇ, ਤੂਫਾਨਾਂ ਦਾ ਸਾਹਮਣਾ ਕਰੇ। ਆਪਾਂ ਇੱਕ ਦਿਨ 'ਚ ਬਣਾਤਾ ਸੀ ਇੱਕ ਲੀਡਰ ਭਗਵੰਤ ਮਾਨ, ਆ ਜਿਹੜੇ ਇੱਕ ਰਾਤ ਵਾਲੇ ਹੁਣ ਦੇਖੋ ਲੱਭਦਾ ਕਿਤੇ। ਬਾਦਲ ਸਾਹਿਬ 70 ਸਾਲ ਅਕਾਲੀ ਦਲ 'ਚ ਉਹਨੇ ਵਰਕ ਕੀਤਾ, 70 ਸਾਲ ਪਿੰਡ ਬਾਦਲ ਦੇ ਸਰਪੰਚ ਤੋਂ ਸ਼ੁਰੂ ਹੋਏ, ਬਲਾਕ ਸਮਤੀ, ਜ਼ਿਲ੍ਹਾ ਪ੍ਰੀਸ਼ਦ, MLA ਬਣੇ, MP ਬਣੇ, ਸੈਂਟਰ ਦੇ ਵਜ਼ੀਰ ਬਣੇ, ਮੁੱਖ ਮੰਤਰੀ ਬਣੇ, ਉਹਨਾਂ ਨੂੰ ਸਾਰਾ ਕੁਛ ਪਤਾ ਹੈ, ਤਜਰਬਾ ਸੀ, ਕੰਮ ਕਰਨ ਦਾ ਤਰੀਕਾ ਸੀ। ਉਹਨੇ ਪੰਜਾਬ ਨੂੰ ਆਪਣਾ ਸਮਝਿਆ। ਜਦੋਂ ਅਕਾਲੀ ਸਰਕਾਰ ਆਉਂਦੀ ਹੈ ਤੁਸੀਂ ਦੇਖਦੇ ਹੋ ਨਾ ਕਿ ਐਂ ਲੱਗਦਾ ਕਿ ਆਪਣੀ ਸਰਕਾਰ ਹੈ, ਜਿਹਨੂੰ ਮਰਜ਼ੀ ਸਮੱਸਿਆ ਹੋਏ। ਮੈਂ ਪਿੱਛੇ ਜੇ ਲੁਧਿਆਣੇ ਗਿਆ, ਵਪਾਰੀ ਮੈਨੂੰ ਕੋਲ ਮਿਲੇ, ਇੰਡਸਟਰੀਅਲਿਸਟ, ਉਹਨਾਂ ਦੀ ਕੋਈ ਸਮੱਸਿਆ ਸੀ, ਮੈਨੂੰ ਕਹਿੰਦੇ ਆਵਾਜ਼ ਉਠਾਓ। ਮੈਂ ਕਿਹਾ ਤੁਸੀਂ ਝਾੜੂ ਵਾਲੇ 6 ਤੇ 6 MLA ਲੁਧਿਆਣੇ ਦੇ ਝਾੜੂ ਵਾਲੇ ਹੈ। ਮੈਂ ਕਿਹਾ ਇਹਨਾਂ ਨੂੰ ਮਿਲ ਕੇ ਇਹਨਾਂ ਦੇ ਇੰਡਸਟਰੀ ਮਿਨਿਸਟਰ ਨੂੰ ਮਿਲਿਆ, ਉਹ ਪੰਜਾਬ ਦੇ ਨੂੰ, ਤੁਹਾਡਾ ਹੱਲ ਹੋ ਜੂਗਾ। ਮੈਨੂੰ ਕਹਿੰਦੇ ਅਸੀਂ ਇੰਡਸਟਰੀ ਮਿਨਿਸਟਰ ਕੋਲ ਗਏ। ਮੈਂ ਕਿਹਾ ਕੀ ਕਿਹਾ ਇੰਡਸਟਰੀ ਮਿਨਿਸਟਰ ਨੇ? ਉਹ ਕਹਿੰਦਾ ਸਾਨੂੰ ਕਹਿੰਦਾ ਮੈਂ ਤੁਹਾਨੂੰ ਕੇਜਰੀਵਾਲ ਨਾਲ ਅਪੁਆਇੰਟਮੈਂਟ ਲੈ ਦੇਣਾ, ਜੋ ਉਹ ਹੁਕਮ ਕਰੂਗਾ ਅਸੀਂ ਇੰਪਲੀਮੈਂਟ ਕਰ ਦਾਂਗੇ। ਮੈਂ ਕਿਹਾ ਐਂ ਨਹੀਂ ਕਿਹਾ ਭਗਵੰਤ ਮਾਨ? ਕਹਿੰਦਾ ਨਹੀਂ, ਕਹਿੰਦਾ ਕੇਜਰੀਵਾਲ। ਹੁਣ ਕੇਜਰੀਵਾਲ ਫੈਸਲਾ ਕਰੂਗਾ ਕਿ ਆਪਣੇ ਕੀ ਹੋ ਰਿਹਾ, ਆਹ ਤਾਂ ਹਾਲਾਤ ਬਣ ਗਏ। ਇਸ ਕਰਕੇ ਮੈਂ ਬੇਨਤੀ ਫਿਰ ਤੋਂ ਕਰਦਾ ਸਾਰਿਆਂ ਨੂੰ, ਖਾਲਸਾ ਜੀ, ਪੰਜਾਬੀ ਮੇਰੇ ਵੀਰ, ਆਪਣਾ ਪੰਜਾਬ ਹੈ, ਆਪਣਾ ਪੰਜਾਬ ਨੂੰ ਆਪਾਂ ਹੀ ਬਚਾ ਸਕਦੇ ਹਾਂ, ਆਪਾਂ ਹੀ ਤਕੜਾ ਕਰ ਸਕਦੇ ਹਾਂ। ਅਤੇ ਤਜਰਬਾ ਦਿਖਾਉਂਦਾ ਤੁਹਾਨੂੰ, ਇਤਿਹਾਸ ਦਿਖਾਉਂਦਾ ਕਿ ਸਾਰਾ ਕੁਛ ਬਣਾਉਣ ਵਾਲਾ ਤੁਹਾਡੀ ਆਪਣੀ ਪਾਰਟੀ ਅਕਾਲੀ ਦਲ ਹੈ। ਅਕਾਲੀ ਦਲ ਤਕੜਾ ਅਤੇ ਤੁਸੀਂ ਤਕੜੇ ਹੋ, ਸੋ ਅਕਾਲੀ ਦਲ ਤਕੜਾ ਕਰਨ ਵਾਸਤੇ ਠੰਡਲ ਸਾਹਿਬ ਨੂੰ ਤੁਹਾਨੂੰ ਜਿਤਾਉਣਾ ਪੈਣਾ, ਆ 13 ਦੀਆਂ 13 ਸੀਟਾਂ ਜਿਤਾਉਣੀਆਂ ਪੈਣੀਆਂ। ਤੁਹਾਡੀ ਆਵਾਜ਼ ਉੱਥੇ ਜਾਊਗੀ, ਅਸੀਂ ਤੁਹਾਡਾ ਢਾਲ ਬਣ ਕੇ ਉੱਤੇ ਖੜਾਂਗੇ, ਤੁਹਾਡੀ ਲੜਾਈ ਲੜਾਂਗੇ। ਸਰਦਾਰ ਸੁਖਵੀਰ ਸਿੰਘ ਬਾਦਲ, ਸਰਦਾਰ ਸੁਖਵੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ, ਮੈਂ ਫਗਵਾੜੇ ਵਾਲੀ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਬੇਨਤੀ ਕਰਦਾ, ਆ ਰਹਿ ਗਏ 5-7 ਦਿਨ, ਅੱਜ ਵਧਾਈ, ਬਹੁਤ ਵੱਡਾ ਤੁਸੀਂ ਇਕੱਠ ਕੀਤਾ, ਆ ਸਾਰੀ ਤੁਹਾਡੀ ਹਿੰਮਤ ਹੈ। ਪਰ ਜੈ ਜਾਂ ਮਾਹੌਲ ਬਣੀ ਜਾਂਦਾ, ਇੱਕ ਗੱਲ ਮੈਂ ਦੇਖੀ ਹੈ, ਝਾੜੂ ਵਾਲੇ ਅਤੇ BJP ਵਾਲੇ 3 ਜਾਂ 4 ਨੰਬਰ 'ਤੇ ਜਾਣਗੇ। ਲੜਾਈ ਅਕਾਲੀ ਦਲ ਅਤੇ ਕਾਂਗਰਸ ਨਾਲ ਹੀ ਚੱਲ ਰਹੀ ਹੈ, ਲੜਾਈ ਹੁਣ ਅਕਾਲੀ ਦਲ ਅਤੇ ਕਾਂਗਰਸ ਦੀ ਹੈ।
ਐਂਡ ਮੈਂ ਹੋਰ ਦੱਸਾਂ ਮੈਜੋਰਿਟੀ ਸੀਟਾਂ ਤੇ ਅਕਾਲੀ ਦਲ ਇੱਕ ਨੰਬਰ ਤੇ ਜਾ ਰਿਹਾ, ਤੁਸੀਂ ਥੋੜਾ ਹੱਲਾ ਮਾਰ ਦਿਓ, ਆਹ ਹੁਸ਼ਿਆਰਪੁਰ ਸੀਟ ਵੀ ਨਿਕਲ ਜਾਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਪੰਥ ਦੀ ਮਹਾਨ ਸ਼ਖਸੀਅਤ ਸਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ, ਸਰਦਾਰ ਨੈਰ ਸਿੰਘ ਜੀ ਬਾਹਰ ਜੀ, ਸਰ ਹਰਜਿੰਦਰ ਸਿੰਘ ਜੀ ਤੇ ਸਾਡੇ ਦਿਹਾਤੀ ਪ੍ਰਧਾਨ ਚੰਦੀ ਜੀ, ਮੈਨੂੰ ਦੋਨਾਂ ਦੇ ਨਾਮ ਕਈ ਵਾਰੀ ਫਰਕ ਲੱਗ ਜਾਂਦਾ, ਸਟੇਜ ਤੇ ਇਕੱਤਰ ਹੋਏ ਸਾਰੀ ਫਗਵਾੜੇ ਦੀ ਟੀਮ ਜਿਹੜੀ ਦਿਨ ਰਾਤ ਮਿਹਨਤ ਕਰ ਰਹੀ ਹੈ, ਔਰ ਸਾਹਮਣੇ ਹਾਜ਼ਰ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ, ਅਹੁਦੇਦਾਰ, ਲੀਡਰ ਸਾਹਿਬਾਨ, ਸਾਡੇ ਨੌਜਵਾਨ ਵੀਰ, ਮੇਰੇ ਪ੍ਰੈਸ ਵਾਲੇ ਵੀਰ, ਔਰ ਭੈਣ ਸਰਬਜੀਤ ਕੌਰ, ਮੈਂ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰ ਰਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਹਾਡੇ ਵਿੱਚ ਜੋਸ਼ ਬਹੁਤ ਆ, ਜੋਸ਼ ਤੁਹਾਡਾ ਇੰਨਾ ਹੈ ਕਿ ਸਾਡੀਆਂ ਸੀਟਾਂ ਥੋੜੀਆਂ, ਗਿਣਤੀ ਤੁਹਾਡੀ ਵੱਧ ਹੈ, ਇਸ ਗੱਲ ਲਈ ਮੈਂ ਮਾਫ਼ੀ ਵੀ ਚਾਹੁੰਦਾ ਕਿ ਅਸੀਂ ਉਨਾ ਪ੍ਰਬੰਧ ਨਹੀਂ ਕਰ ਸਕੇ ਤੁਹਾਡੀ ਜੋ ਗੈਦਰਿੰਗ ਦੇ ਮੁਤਾਬਕ। ਸੋ ਜਿੱਥੇ ਵੀ ਜਗ੍ਹਾ ਮਿਲਦੀ ਹੈ, ਮੈਂ ਆਪਣੇ ਵੀਰਾਂ ਨੂੰ, ਨੌਜਵਾਨਾਂ ਨੂੰ ਖਾਸ ਤੌਰ 'ਤੇ ਬੇਨਤੀ ਕਰਨੀ ਚਾਹੁੰਦਾ ਕਿ ਪ੍ਰਧਾਨ ਜੀ ਨੇ ਬੋਲਣਾ, ਤੁਸੀਂ ਆਪੋ ਆਪਣੀ ਜਗ੍ਹਾ ਲੈ ਕੇ ਉੱਥੇ ਥੋੜ੍ਹੀ ਦੇਰ ਲਈ ਜੇ ਬੈਠ ਜਾਓ ਤਾਂ ਤੁਹਾਡੇ ਸਾਹਮਣੇ ਵਿੱਚ ਗੱਲ ਵੀ ਪਊਗੀ ਕਿ ਪ੍ਰਧਾਨ ਜੀ ਤੁਹਾਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ। ਵੀਰੋ, ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੇਵਾ ਕਰ ਰਿਹਾ, 104 ਸਾਲ ਦੀ ਉਮਰ ਪਾਰਟੀ ਦੀ ਹੋ ਗਈ, ਜਦੋਂ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਤਾਂ ਸਾਡੇ ਪੁਰਖਿਆਂ ਨੇ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪੱਧਰ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ, ਅਤੇ ਗੁਰੂ ਮਹਾਰਾਜ ਦੀ ਪੀਰੀ ਅਤੇ ਮੀਰੀ ਦੀ ਉਹ ਸਿਧਾਂਤ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ। ਬਹੁਤ ਸਾਰੇ ਸੰਘਰਸ਼, ਬਹੁਤ ਸਾਰੇ ਮੋਰਚੇ, ਚਾਹੇ ਉਹ ਨਨਕਾਣੇ ਦਾ ਸਾਕਾ ਮੋਰਚੇ, ਜਿਹੜੇ ਜੈਤੋਂ ਦਾ ਮੋਰਚਾ, ਔਰ ਧਰਮਯੁੱਧ ਮੋਰਚਾ, ਚਾਬੀਆਂ ਦਾ ਮੋਰਚਾ, ਉਹ ਮੋਰਚੇ ਲਾ ਕੇ ਜਿੱਥੇ ਸਿੱਖ ਕੌਮ ਨੂੰ ਔਰ ਗੁਰੂ ਘਰਾਂ ਨੂੰ ਬਚਾਇਆ, ਲਾਮਤ ਕੀਤਾ, ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ, ਅਸੀਂ ਜਦੋਂ ਵੀ ਬੋਲਦੇ ਇੱਕੋ ਗੱਲ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਆ, ਇਸ ਪਾਰਟੀ ਦਾ ਵੱਡਾ ਇਤਿਹਾਸ ਆ। ਅੱਜ ਬਾਕੀ ਪਾਰਟੀਆਂ ਦਿੱਲੀ ਵਿੱਚ ਰਾਜ ਕਰਨ ਵਾਲੀਆਂ, ਚਾਹੇ ਅੱਜ BJP ਹੈ, ਚਾਹੇ ਆ ਆਮ ਆਦਮੀ ਪਾਰਟੀ ਆ, ਇਹ ਤਾਂ ਹਾਲੇ ਕੱਲ੍ਹ ਕਈ ਪੈਦਾ ਹੋਈ ਆ, ਜਿਹੜੀ ਆ ਕੇ ਅੱਜ ਸਾਰੇ ਦੇਸ਼ 'ਤੇ ਰਾਜ ਕਰਨਾ ਚਾਹੁੰਦੀ ਹੈ। ਉਹ ਵੀਰੋ, ਪੰਜਾਬ ਦੇ ਅੰਦਰ ਜੋ ਆਪਾਂ 2 ਸਾਲ ਪਹਿਲਾਂ ਇੱਕ ਵੱਡੀ ਗਲਤੀ ਕਰ ਲਈ, ਕੇਜਰੀਵਾਲ ਟੋਪੀ ਵਾਲਾ ਕਹਿੰਦਾ ਸੀ ਇੱਕ ਮੌਕਾ ਕੇਜਰੀਵਾਲ ਨੂੰ, ਆਪਾਂ ਸਮਝ ਨਾ ਸਕੇ ਕਿ ਇਹ ਟੋਪੀ ਵਾਲਾ ਬਾਬੂ ਇੱਕ ਮੌਕਾ ਕਿਸ ਗੱਲ ਇਹ ਮੰਨਦਾ, ਔਰ ਆਪਾਂ 92 ਸੀਟਾਂ ਦੇ ਦਿੱਤੀਆਂ। ਅੱਜ ਪੰਜਾਬ ਦੀ ਸਰਕਾਰ
ਉਹ ਦਿੱਲੀ ਤੋਂ ਬੈਠਾ ਟੋਪੀ ਵਾਲਾ ਚਲਾ ਰਿਹਾ, ਉਹਦੀ ਟੀਮ ਚਲਾ ਰਹੀ ਆ, ਔਰ ਪੰਜਾਬ ਦਾ ਮੁੱਖ ਮੰਤਰੀ ਉਹ ਕੇਜਰੀਵਾਲ ਨੂੰ ਕਦੇ ਕਿਸੇ ਸਟੇਟ ਵਿੱਚ ਕਦੇ ਕਿਸੇ ਸਟੇਟ ਵਿੱਚ ਉਹ ਸਹਿਰਾ ਕਰਵਾਉਂਦਾ ਫਿਰਦਾ ਅਤੇ ਪੰਜਾਬ ਦੇ ਧਨ ਦੀ ਬਰਬਾਦੀ ਕਰ ਰਿਹਾ। ਔਰ ਵੀਰੋ ਅੱਜ ਪੰਜਾਬ ਦੀ ਆਰਥਿਕਤਾ ਲੜਖੜਾ ਗਈ ਹੈ, ਅੱਜ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਾਸਤੇ ਲੋਨ ਕਰਜ਼ੇ ਲੈਣੇ ਪੈ ਰਹੇ ਆ, ਪੰਜਾਬ ਦਾ ਵਿਕਾਸ ਰੁਕ ਗਿਆ, ਪੰਜਾਬ ਦੀ ਕੋਈ ਵੀ ਤਰੱਕੀ ਨਹੀਂ ਹੋ ਰਹੀ, ਪੰਜਾਬ ਦਾ ਲਾਅ ਐਂਡ ਆਰਡਰ ਅੱਜ ਬਿਲਕੁਲ ਜਿਹੜਾ ਉਹ ਤਬਾਹ ਹੋ ਗਿਆ, ਪਤਾ ਨਹੀਂ ਕਿਹੜੇ ਵੇਲੇ ਕਿੱਥੇ ਗੋਲੀ ਚੱਲ ਜਾਣੀ ਹੈ, ਕਿੱਥੇ ਕੋਈ ਮਾਡਲ ਜਾਣਾ, ਕਿੱਥੇ ਲੁੱਟਾਂ ਖੋਹਾਂ ਹੋ ਜਾਣੀਆਂ। ਔਰ ਸਾਡੀ ਸਰਕਾਰ ਜਿਹੜੀ ਪਹਿਲਾਂ ਵੀ ਚੁਟਕਲੇ ਸੁਣਾਉਂਦੀ ਹੁੰਦੀ ਸੀ, ਅੱਜ ਵੀ ਚੁਟਕਲੇ ਸੁਣਾ ਕੇ ਭਗਵੰਤ ਮਾਨ ਜਿਹੜਾ ਲੋਕਾਂ ਦੇ ਵਿੱਚ ਵਿਚਰ ਰਿਹਾ, ਇਹ ਪੰਜਾਬ ਸੂਰਬੀਰਾਂ ਦਾ ਆ, ਇਹ ਬਹਾਦਰ ਲੋਕਾਂ ਦਾ ਆ, ਇੱਥੇ ਇਹੋ ਜਿਹਾ ਨੱਚੇ ਟੱਪਣ ਵਾਲਿਆਂ ਦੀ ਜਗ੍ਹਾ ਨਹੀਂ ਸੀ, ਪਰ ਪਤਾ ਨਹੀਂ ਕਿਵੇਂ ਆਪਾਂ ਇਸ ਗੱਲ ਦੇ ਝਾਂਸੇ ਵਿੱਚ ਆ ਗਏ, ਉਹਨਾਂ ਨੂੰ ਜਿਹੜੀ ਰਾਜ ਪਾਕ ਦੇ ਦਿੱਤਾ। ਅੱਜ ਲੋੜ ਆ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਰ ਜਾਣੀ 1 ਜੂਨ ਨੂੰ, ਇਹ ਵੀਰੋ ਇਸ ਇਲੈਕਸ਼ਨ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨੇ ਆ, ਇੱਕ ਤਾਂ ਆਪਣੀ ਪੰਜਾਬ ਦੇ ਅਕਾਲੀ ਦਲ ਦੀ ਮੈਂਬਰਾਂ ਦੀ ਗਿਣਤੀ ਵਧਾਉਣੀ ਆ ਦਿੱਲੀ ਦੇ ਅੰਦਰ, ਤਾਂ ਕਿ ਆਪਾਂ ਵੱਧ ਤੋਂ ਵੱਧ MP ਜਿੱਤ ਕੇ ਜਾਈਏ। ਔਰ ਜਿਹੜੇ ਪੰਜਾਬ ਦੇ ਮਸਲੇ ਆ, ਚਾਹੇ ਕਿਸਾਨਾਂ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ, ਚਾਹੇ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਰੁਜ਼ਗਾਰ ਦਾ ਮਸਲਾ, ਲਾਂਡ ਆਰਡ ਦਾ ਮਸਲਾ, ਇੱਥੋਂ ਦੀ ਆਰਥਿਕ ਦਾ ਮਸਲਾ, ਉਹ ਸਾਰੇ ਮਸਲੇ ਹੱਲ ਕਰਨ ਵਾਸਤੇ ਦਿੱਲੀ ਵਿੱਚ ਤੁਹਾਡੀ ਆਵਾਜ਼ ਬਣ ਸਕੀਏ। ਦੂਸਰਾ ਵੀਰੋ, ਇਹ ਜੇ ਤੁਸੀਂ ਇਹਨਾਂ ਨੂੰ ਅੱਜ ਹਰਾ ਦਿੰਦੇ ਆ ਤਾਂ ਸਮਝ ਲਓ 27 ਦੀ ਇਲੈਕਸ਼ਨ ਦਾ ਮੁੜ ਵੱਜ ਗਿਆ, ਫਿਰ 27 ਕੋਈ ਦੂਰ ਨਹੀਂ, ਫਿਰ 27 ਦੇ ਵਿੱਚ 97 ਵਾਂਗ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਸਥਾਪਿਤ ਕਰੂਗਾ, ਮੁੜ ਕੇ ਪੰਜਾਬ ਦਾ ਵਿਕਾਸ ਸ਼ੁਰੂ ਕਰਾਂਗੇ, ਪੰਜਾਬ ਦੇ ਲੋਕਾਂ ਦਾ ਦਰਦ ਸਮਝਦੇ ਹੋਏ ਤੁਹਾਡੇ ਨੀਤੀਆਂ ਦੇ ਪਾਲਸੀਆਂ ਬਣਾਵਾਂਗੇ, ਤੁਹਾਡੀਆਂ ਰਹਿਤਾਂ ਫਿਰ ਸ਼ੁਰੂ ਕਰਾਂਗੇ। ਇਸ ਕਰਕੇ ਵੀਰੋ, ਇੱਕ ਇੱਕ ਵੋਟ 1 ਜੂਨ ਨੂੰ ਤੱਕੜੀ ਦਾ ਬਟਨ, ਜੋ ਮਸ਼ੀਨ ਦੇ ਉੱਪਰ 2 ਨੰਬਰ ਦੇ ਬਟਨ ਆ, ਉਹਨੂੰ ਦਬਾ ਕੇ ਆਪਾਂ ਵੋਟ ਪਾਉਣੀ ਆ। ਸੋਹਣ ਸਿੰਘ ਠੱਡਲ ਲਿਖਿਆ, ਮੋਰੇ ਫੋਟੋ ਵੀ ਲੱਗੀ ਹੋਣੀ ਆ, ਕੋਈ ਮੇਰਾ ਭਰਾ ਭੁਲੇਖਾ ਨਾ ਸਮਝ ਲਵੇ, ਆਹ 2 ਵਿੱਚ ਸਾਡੀਆਂ ਬੀਬੀਆਂ ਹੋਣੀਆਂ ਕੈਂਡੀਡੇਟ, 2 ਕੁ ਹੋਰ ਬੀਬੇ ਜਿਹੇ ਉੱਦਾਂ ਦੇ ਹੀ ਆ, ਇਹ ਪਗੜੀ ਵਾਲਾ ਸਰਦਾਰ ਵੀ ਤੁਹਾਨੂੰ ਇੱਕੋ ਵਿੱਚ ਨਜ਼ਰ ਆਉਣਾ। ਸੋਹਣ ਸਿੰਘ ਠੰਡਲ, ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਵੀ ਵਾਰ ਕਰਿਆ, ਇੱਕ ਡਿਸਿਪਲਨ ਹੁੰਦਾ ਪਾਰਟੀ ਦਾ, ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਪੰਡਾਲ ਦੇ ਜਿਹੜੇ ਸਟੇਜ 'ਤੇ ਬੈਠੇ ਤੁਸੀਂ ਪਹਿਲਾਂ ਚੁੱਪ ਕਰੋ, ਆਹ ਸਟੇਜ ਵਾਲੇ ਜਿੰਨੇ ਆ ਤੁਸੀਂ ਇੱਕ ਡਿਸਿਪਲਨ ਆਪਾਂ ਰੱਖੀਏ, ਜੇ ਆਪਾਂ ਐਵੇਂ ਹੀ ਕਰਨੀ ਕਾਮਾ ਰੌਲੀ, ਪ੍ਰਧਾਨ ਸਾਹਿਬ ਜੀ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ, ਆਪਾਂ ਬਿਲਕੁਲ ਇੱਕ ਗੱਲ ਸੁਣਨ ਨੂੰ ਤਿਆਰ ਨਹੀਂ। ਬਹੁਤ ਸਤਿਕਾਰਯੋਗ ਜਥੇਦਾਰ ਜੀ, ਜਥੇਦਾਰ ਸਾਹਿਬ, ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਜਰਨੈਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਉਹਨਾਂ ਦੇ ਨਾਲ ਸਾਡੇ ਉਮੀਦਵਾਰ ਸਰਦਾਰ ਸੋਹਣ ਸਿੰਘ ਜੀ ਠੰਡਲ ਸਾਹਿਬ, ਸਰਦਾਰ ਜਰਨੈਲ ਸਿੰਘ ਜੀ ਬਾਦ, ਚੰਦੀ ਸਾਹਿਬ ਸਰਦਾਰ ਰਜਿੰਦਰ ਸਿੰਘ, ਸਾਡੇ ਖੁਰਾਨਾ ਸਾਹਿਬ ਅਤੇ ਬਹੁਤ ਹੀ ਸਤਿਕਾਰਯੋਗ ਪੰਡਾਲ ਵਿੱਚ ਬੈਠੇ ਵੀਰੋ ਦੇ ਭੈਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਇਸ ਹਲਕੇ ਤੋਂ ਤੁਹਾਡੇ ਉਮੀਦਵਾਰ ਸਰਦਾਰ ਸੋਹਣ ਸਿੰਘ ਜੀ ਠੰਡਲ, ਉਹਨਾਂ ਦੀ ਰੈਲੀ ਨੂੰ ਸੰਬੋਧਨ ਕਰਨ ਵਾਸਤੇ
ਤੇ ਵਰਕਰਾਂ ਦੀ ਮੋਬਲਾਈਜੇਸ਼ਨ ਕਰਨ ਵਾਸਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਚੇਚੇ ਤੌਰ ਤੇ ਤੁਹਾਡੇ ਵਿੱਚ ਪਹੁੰਚੇ ਆ। ਤੁਹਾਡੇ ਜਜ਼ਬਾਤਾਂ ਨੂੰ ਵੀ ਸਲਾਮ ਕਰਦਾ। ਤੁਸੀਂ ਬਹੁਤ ਬਹੁਤ ਵੱਡੇ ਪੱਧਰ ਦੇ ਉੱਤੇ ਪਹਿਲਾਂ ਟਰੈਕਟਰ ਮਾਰਚ ਵੀ ਕੀਤਾ। ਸੋ ਵੀਰੋ, ਤੁਸੀਂ ਦੋ ਦਿਨ ਪਹਿਲਾਂ ਵੀ ਤੁਹਾਡੇ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਮੀਟਿੰਗਾਂ ਜਿਹੜੀਆਂ ਉਹ ਹੁੰਦੀਆਂ ਰਹੀਆਂ ਨੁੱਕਰ ਮੀਟਿੰਗਾਂ ਦੇ ਰੂਪ ਦੇ ਵਿੱਚ। ਬਹੁਤ ਵੱਡਾ ਭਰਮਾ ਹੰਗਾਰਾ ਤੁਸੀਂ ਦਿੱਤਾ। ਮੈਂ ਦੋਨੋਂ ਜੋੜੀ ਚੰਦੀ ਸਾਹਿਬ, ਖਰਾਨਾ ਸਾਹਿਬ ਅਤੇ ਇਹਨਾਂ ਦੇ ਸਤਿਕਾਰਯੋਗ ਸੀਨੀਅਰ ਆਗੂ ਬਾਦ ਸਾਹਿਬ, ਇਹਨਾਂ ਨੂੰ ਵਧਾਈ ਵੀ ਦਿੰਦਾ ਅਤੇ ਇੱਕ ਮੈਂ ਨਿਮਰਤਾ ਸਹਿਤ ਬੇਨਤੀ ਵੀ ਕਰਦਾ। ਅੱਜ 24 ਤਰੀਕ ਹੋ ਗਈ ਆ, 29 ਤਰੀਕ ਨੂੰ ਪ੍ਰਚਾਰ ਬੰਦ ਹੋ ਜਾਣਾ। ਹੁਣ ਆਪਾਂ ਤਕੜੇ ਹੋ ਕੇ ਜਿਹੜੀ ਵਾਢੀ ਕੀਤੀ ਆ ਇਹਨੂੰ ਆਪਾਂ ਇਹ ਇਕੱਠੀ ਵੀ ਕਰੀਏ। ਉਹ ਇਕੱਠੀ ਹੋਣੀਆਂ ਤੁਹਾਡੇ ਸਾਧਨਾਂ ਰਾਹੀਂ। ਆਪਾਂ ਇਕੱਲੇ ਇਕੱਲੇ ਨੂੰ ਜਾ ਕੇ ਬੇਨਤੀ ਕਰੀਏ ਕਿ ਗਰਮੀ ਦਾ ਭਾਵੇਂ ਸਮਾਂ, ਪਰ ਸਾਰਿਆਂ ਨੇ ਇੱਕ ਇੱਕ ਵੋਟ ਤੱਕੜੀ ਦੇ ਚੋਣ ਨਿਸ਼ਾਨ ਦਾ ਬਟਨ ਦੱਬ ਕੇ ਇਹਨਾਂ ਨੂੰ ਕਾਮਯਾਬ ਕਰਨਾ। ਵੀਰੋ, ਬੜੀ ਵੱਡੀ ਪੰਜਾਬ ਦੇ ਲੋਕਾਂ ਦੀ ਚਾਹਤ ਸੀ ਕਿ ਭਾਰਤੀ ਜਨਤਾ ਪਾਰਟੀ ਤੋਂ ਇਹ ਸਮਝੌਤਾ ਜਿਹੜਾ ਰੱਦ ਕਰਕੇ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ ਦੇ ਉੱਤੇ ਇਲੈਕਸ਼ਨ ਲੜੇ। ਸੋ ਤੁਹਾਡੇ ਜਜ਼ਬਾਤਾਂ ਮੁਤਾਬਕ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਇਤਿਹਾਸਕ ਫੈਸਲਾ ਲਿਆ ਅਤੇ ਮੈਂ ਸਮਝਦਾ ਇਸ ਇਤਿਹਾਸਕ ਫੈਸਲੇ ਨੇ ਅੱਜ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਉਤਸ਼ਾਹ ਵੀ ਭਰਿਆ। ਹੁਣ ਆਪਾਂ ਇਸ ਉਤਸ਼ਾਹ ਨੂੰ ਇਸੇ ਤਰ੍ਹਾਂ ਬਰਕਰਾਰ ਵੀ ਰੱਖਣਾ ਅਤੇ ਯਤਨ ਕਰਨਾ ਕਿ ਕੋਈ ਵੀ ਮਾਈ ਭਾਈ 1 ਤਰੀਕ ਨੂੰ ਖੁੰਝ ਨਾ ਜਾਵੇ। ਸੋ ਮੈਂ ਜਿੱਥੇ ਬਹੁਤ ਲੰਬਾ ਨਹੀਂ ਬੋਲਣਾ, ਪ੍ਰਧਾਨ ਜੀ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ। ਮੈਂ ਤੁਹਾਨੂੰ ਇੱਕ ਵਾਰੀ ਫੇਰ ਉਹ ਪੰਥ ਦਾ ਵਾਸਤਾ, ਜੇ ਇਸ ਪੰਥ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਇਹ ਸਥਾਪਨਾ ਕੀਤੀ ਸੀ ਅਤੇ ਉਹ ਮਰਜੀਬੜੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਆਪਣੇ ਲਹੂ ਦੇ ਮਿੰਝ ਦੇ ਨਾਲ ਨੀਂਹ ਰੱਖੀ ਸੀ, ਇਹ ਉਹ ਪਾਰਟੀ ਆ ਜਿਸ ਪਾਰਟੀ ਨੇ ਹਮੇਸ਼ਾ ਸਰਬੱਤ ਦਾ ਭਲਾ ਮੰਗਿਆ। ਇਹ ਉਹ ਪਾਰਟੀ ਆ ਜਿਹਨੇ ਹਮੇਸ਼ਾ ਹੀ ਪੰਜਾਬ ਦੇ ਵਿੱਚ ਤਰੱਕੀ ਨੂੰ ਇੱਕ ਮੁੱਢਲਾ ਸਥਾਨ ਬਖਸ਼ਿਸ਼ ਕੀਤਾ। ਆਓ ਰਲ ਕੇ ਸਾਰੇ ਸੰਕਲਪ ਕਰੀਏ, ਸ਼੍ਰੋਮਣੀ ਅਕਾਲੀ ਦਲ ਸਮੁੱਚੇ ਤੌਰ 'ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਹੜੇ ਆਪਣੇ ਮਨ ਦੇ ਵਿੱਚ ਚਾਹਤ ਇਹ ਮੰਗਿਆ, ਉਹਨਾਂ ਨੂੰ ਅਧੂਰੇ ਨਾ ਛੱਡੀਏ, ਸੰਪੂਰਨ ਕਰਕੇ ਇਹਨਾਂ ਦੇ ਹੱਥ ਮਜ਼ਬੂਤ ਕਰੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਾਮੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਪ੍ਰਧਾਨ ਜੀ ਨੇ ਆਪ ਨੂੰ ਅਪੀਲ ਕੀਤੀ ਹੈ ਕਿ ਪੰਥ ਨੂੰ ਜਿਤਾਉਣਾ, ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣਾ ਇੱਕ ਆਪਣਾ ਫਰਜ਼ ਬਣਦਾ ਅਤੇ ਇਹਦੀ ਡਿਊਟੀ ਆਪਾਂ ਪੂਰੀ ਕਰਨੀ ਆ। 1 ਤਰੀਕ ਨੂੰ ਆਪਾਂ ਸਾਰਿਆਂ ਨੇ ਤੱਕੜੀ ਦੇ ਚੋਣ ਨਿਸ਼ਾਨ 'ਤੇ ਵੋਟ ਪਾ ਕੇ ਇੱਥੋਂ, ਉਹ ਤੋਂ ਬਾਅਦ ਹੁਣ ਜਿਹੜੇ ਸਕੂਲ ਆ ਏਡੇਡ ਉਹ ਬੰਦ ਕਰ ਰਹੇ ਆ, ਇਸ ਕਰਕੇ ਉਹ ਤਾਂ ਦਿਨ ਪਰ ਦਿਨ ਜਿਹੜਾ ਆਪਣਾ ਨਾ ਸੱਤਿਆਨਾਸ਼ ਕਰ ਰਿਹਾ। ਕਾਂਗਰਸ ਵਾਲਿਆਂ ਦਾ 84 ਦੇ ਦੰਗੇ ਤੁਸੀਂ ਭੁੱਲ ਗਿਆ ਨਹੀਂ, ਅਤੇ ਉਹ ਤਾਂ ਭੁੱਲ ਜਾਂਦੇ ਹਾਂ, ਆਪਾਂ ਭੁੱਲਣਾ ਨਹੀਂ ਚਾਹੀਦਾ ਜੋ ਨਹੀਂ ਕੀਤਾ। ਇਸ ਕਰਕੇ ਮੈਂ ਬੇਨਤੀ ਕਰਦਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਇੰਨਾ ਕੰਮ ਕੀਤਾ, ਇੰਨੀ ਮਿਹਨਤ ਕਰਦੇ ਨੇ ਰਾਤ ਦਿਨ, ਔਰ ਬੜੇ ਦ੍ਰਿੜ ਇਰਾਦੇ ਦੇ ਇਨਸਾਨ ਨੇ, ਸਦਾ ਹੀ ਸਾਨੂੰ ਕਿਹਾ ਵੀ ਆਪਣਾ ਜਿੱਤਣਾ। ਸੋ ਹੁਣ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਤੁਸੀਂ ਸਾਰੇ 1 ਜੂਨ ਨੂੰ ਇੱਕ ਇੱਕ ਵੋਟ ਆਪਣੀ ਤੱਕੜੀ 'ਤੇ ਮੋਹਰ ਲਾ ਕੇ ਉਹਨੂੰ ਸਰਸੋਹਣ ਸਿੰਘ ਜੀ ਠੰਡਨ ਨੂੰ ਜਿਤਾਓ, ਜੋ ਕਿ ਆਪਣਾ ਗੁਆਂਢੀ ਬੰਦਾ।
ਉਸ ਤੋਂ ਬਾਅਦ ਤੁਹਾਡੀਆਂ ਸਾਰੀਆਂ ਅਗਲੀ ਸਰਕਾਰ ਤੁਹਾਡੀ ਬਣ ਜਾਊ। ਇਹ ਸੈਮੀਫਾਈਨਲ ਹੈ ਆਪਣਾ, ਜੇ ਇੱਥੇ ਆਪਾਂ ਜਿਤਾਤੀਆਂ 500 ਸੀਟਾਂ ਅਤੇ ਆਪਣੀ ਸਰਕਾਰ ਪੱਕੀ ਬਣ ਜਾਂਦੀ। ਸ਼ਬਦਾਂ ਨਾਲ ਤੁਹਾਡਾ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਾਮੀ ਸਾਹਿਬ ਸੋਨਿਆ।